ਇਸ ਪੰਜਾਬੀ ਗਾਇਕਾ ਦੇ ਅਦਾਕਾਰ ਨੇ ਬੋਲਡਨੈਸ ਦੀਆਂ ਸਾਰੀਆਂ ਹੱਦਾ ਕੀਤੀਆਂ ਪਰ ਲੋਕਾਂ ਨੂੰ ਇਹ ਤਸਵੀਰਾਂ ਨਹੀਂ ਆ ਰਹੀਆਂ ਰਾਸ ਲੋਕ ਕਹ ਰਹੇ ਨੇ ਇਸ ਗਾਇਕਾ ਨੂੰ ਟਰੋਲ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਗੱਲ ਕਰਾਂਗੇ ਅੱਜ ਪੰਜਾਬੀ ਅਦਾਕਾਰਾਂ ਤੇ ਗਾਇਕਾ ਸਾਰਾ ਗੁਰਪਾਲ ਦੇ ਬਾਰੇ ਜੋ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿ ਰਹੀ ਆ ਉਹਨਾਂ ਦੇ ਵੱਲੋਂ ਲੇਟੈਸਟ ਅਪਡੇਟਸ ਹਮੇਸ਼ਾ ਸਾਂਝੇ ਕੀਤੇ ਜਾਂਦੇ ਆ ਤਾਂ ਦੱਸਦੀ ਹਾਂ ਕਿ ਗਾਇਕਾ ਜੋ ਆ ਕਹਿ ਸਕਦੇ ਆ ਵੀ ਵਕੇਸ਼ਨ ਮੋਡ ਦੇ ਉੱਤੇ ਵੀ ਹੈ ਕਿਉਂਕਿ ਆਪਾਂ ਉਹਨਾਂ ਦੀ ਬੀਚ ਦੇ ਉੱਤੇ ਤਸਵੀਰਾਂ ਵੇਖ ਰਹੇ ਆ ਪਰ ਕਿੰਨੇ-ਕਿੰਨੇ ਫੈਨਸ ਨੇ ਤਸਵੀਰਾਂ ਜੋ ਆਪ ਪਸੰਦ ਨਹੀਂ ਆ ਰਹੀਆਂ ਦਰਅਸਲ ਗਾਇਕਾ ਦੇ ਵੱਲੋਂ ਇਹਨਾਂ ਸਾਰੀਆਂ ਤਸਵੀਰਾਂ ਦੇ ਵਿੱਚ ਫੋਟੋਸ਼ੂਟ ਦੇ ਵਿੱਚ ਜੋ ਆਪਣਾ ਬੋਲਡ ਅੰਦਾਜ਼ ਦਿਖਾਇਆ ਜਾ ਰਿਹਾ ਤੇ ਇਸੇ ਕਰਕੇ ਲੋਕਾਂ ਦੇ ਵੱਲੋਂ ਇਹਨਾਂ ਚੀਜ਼ਾਂ ਤੇ ਰਿਐਕਸ਼ਨ ਵੀ ਦਿੱਤੇ ਜਾ ਰਹੇ ਆ ਤਾਂ ਹਾਲੀ ਦੇ ਵਿੱਚ ਸਾਰਾ ਗੁਰਪਾਲ ਨੇ ਇੱਕ ਤਸਵੀਰਾਂ ਜੋ ਸੀਗੀਆਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਸੀ ਜਿਸ ਦੇ ਵਿੱਚ ਉਹ ਕਈ ਸਾਰੀਆਂ ਰਿਵੀਲਿੰਗ ਡ्रेसेस ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਗਾਇਕਾ ਨੂੰ ਰੱਜ ਕੇ ਟਰੋਲ ਕੀਤਾ ਗਿਆ ਫੈਨਸ ਨੂੰ ਅਦਾਕਾਰਾਂ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ ਅਤੇ ਕਮੈਂਟ ਕਰਕੇ ਉਹਨਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਇੱਕ ਯੂਜ਼ਰ ਨੇ ਲਿਖਿਆ ਐਕਟਿੰਗ ਨਹੀਂ ਆਉਂਦੀ ਸ਼ਰਮ ਤਾਂ ਆਉਂਦੀ ਹੋਵੇਗੀ ਦੂਜੇ ਯੂਜ਼ਰ ਨੇ ਲਿਖਿਆ ਪੰਜਾਬ ਦੀ ਉਰਫੀ ਜਾਵედ ਬਣਦੀ ਜਾ ਰਹੀ ਹੈ ਇੱਕ ਹੋਰ ਨੇ ਲਿਖਿਆ ਔਰਤ ਦਾ ਜਸਮ ਹੁਸਨ ਕਿੰਨਾ ਸਸਤਾ ਵਿਕ ਰਿਹਾ ਸਾਰਾ ਗੁਰਪਾਲ ਨੇ ਪੰਜਾਬ ਦੀ ਜੋ ਆ ਬਹੁਤ ਸਰੀਆ ਗਾਣਿਆਂ ਦੇ ਵਿੱਚ ਫਿਲਮਾਂ 'ਚ ਕੰਮ ਕੀਤਾ ਹੈ ਪੰਜਾਬ ਦੀ ਮਸ਼ਹੂਰ ਮਾਡਲ ਵੀ ਹੈ ਤੇ ਆਪਣੇ ਕਰੀਅਰ ਦੀ ਸ਼ੁਰੂਆਤ ਉਹਨਾਂ ਨੇ ਬਤੌਰ ਮਾਡਲ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਸੀਗਾ ਤੇ ਇਸ ਦੇ ਨਾਲ ਹੀ ਜੋ ਸਾਰਾ ਗੁਰਪਾਲਾ 빅ਬੋਸ 14 ਦੇ ਵਿੱਚ ਨਜ਼ਰ ਵੀ ਆਏ ਸੀ ਕਿ ਜਿਸ ਦੇ ਵਿੱਚ ਉਹਨਾਂ ਨੇ ਇਹਨਾਂ ਕੁਝ ਖਾਸ ਕਮਾਲ ਨਹੀਂ ਦਿਖਾਇਆ ਤੇ ਉਹਨਾਂ ਨੂੰ ਵੋਟਾ ਕੱਟ ਮਿਲਿਆ ਸੀ ਗਿਆ ਤਾਂ ਉਹਨਾਂ ਨੂੰ 빅ਬੋਸ ਦੇ ਘਰ 'ਚੋਂ ਬਾਹਰ ਹੋਣਾ ਪਿਆ ਸੀਗਾ ਜਿਸ ਤੋਂ ਬਾਅਦ ਹੁਣ ਸਾਰਾ ਗਰਪਾਲ ਪੰਜਾਬੀ ਸਟਰੀ ਦੇ ਵਿੱਚ ਫਿਰ ਐਕਟਿਵ ਹੈ ਪਰ ਹੁਣ ਜਿਹੜੇ ਉਹਨਾਂ ਦੇ ਜੋ ਅੰਦਾਜ਼ ਹੈ ਜਾਂ ਫਿਰ ਉਹਨਾਂ ਦੀਆਂ ਡ्रेसेस ਆ ਲੋਕਾਂ ਨੂੰ ਕੁਝ ਖਾਸ ਪਸੰਦ ਨਹੀਂ ਆ ਰਹੀਆ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਗਾਇਕਾ ਨੂੰ ਟਰੋਲ ਕੀਤਾ ਜਾ ਰਿਹਾ ਤੇ ਤੁਸੀਂ ਅਗਰ ਇਹਨਾਂ ਤਸਵੀਰਾਂ ਨੂੰ ਦੇਖਿਆ ਤੇ ਤੁਹਾਨੂੰ ਇਹ ਤਸਵੀਰਾਂ ਕਿ ਜਿਹੀਆਂ ਲੱਗਦੀਆਂ ਨੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਪੰਜਾਬੀ ਗਾਇਕਾ ਤੇ اداکارਣ ਨੇ ਬੋਲਡਨੈਸ ਦੀਆਂ ਸਾਰੀਆਂ ਹੱਦਾ ਕੀਤੀਆਂ ਪਾ ਪਰ ਲੋਕਾਂ ਨੂੰ ਇਹ ਤਸਵੀਰਾਂ ਨਹੀਂ ਆ ਰਹੀਆਂ ਰਾਸੇ ਲੋਕ ਕਰ ਰਹੇ ਨੇ ਸਾਇਕਾਂ ਨੂੰ ਟਰ ਸਸ਼ਕਾਲ ਮੈਂ ਸੋਨੀਆ ਗੱਲ ਕਰਾਂਗੇ ਅੱਜ ਪੰਜਾਬੀ ਅਦਾਕਾਰਾਂ ਤੇ ਗਾਇਕਾ ਸਾਰਾ ਗੁਰਪਾਲ ਦੇ ਬਾਰੇ ਜੋ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿ ਰਹੀ ਆ ਉਹਨਾਂ ਦੇ ਵੱਲੋਂ ਲੇਟੈਸਟ ਅਪਡੇਟਸ ਹਮੇਸ਼ਾ ਸਾਂਝੇ ਕੀਤੇ ਜਾਂਦੇ ਆ ਤਾਂ ਦੱਸ ਦਈਏ ਕਿ ਗਾਇਕਾ ਜੋ ਆ ਕਹਿ ਸਕਦੇ ਆ ਵੀ ਵਕੇਸ਼ਨ ਮੋਡ ਦੇ ਉੱਤੇ ਵੀ ਹੈ ਕਿਉਂਕਿ ਆਪਾਂ ਉਹਨਾਂ ਦੀ ਆ ਬੀਚ ਦੇ ਉੱਤੇ ਤਸਵੀਰਾਂ ਵੇਖ ਰਹੇ ਆ ਪਰ ਕਿੰਨੇ-ਕਿੰਨੇ ਫੈਨਸ ਨੂੰ ਇਹ ਤਸਵੀਰਾਂ ਜੋ ਆਪ ਪਸੰਦ ਨਹੀਂ ਆ ਰਹੀਆਂ ਦਰਅਸਲ ਗਾਇਕਾ ਦੇ ਵੱਲੋਂ ਇਹਨਾਂ ਸਾਰੀਆਂ ਤਸਵੀਰਾਂ ਦੇ ਵਿੱਚ ਫੋਟੋਸ਼ੂਟ ਦੇ ਵਿੱਚ ਜੋ ਆਪਣਾ ਬੋਲਡ ਅੰਦਾਜ਼ ਦਿਖਾਇਆ ਜਾ ਰਿਹਾ ਤੇ ਇਸੇ ਕਰਕੇ ਲੋਕਾਂ ਦੇ ਵੱਲੋਂ ਇਹਨਾਂ ਚੀਜ਼ਾਂ ਤੇ ਰਿਐਕਸ਼ਨ ਵੀ ਦਿੱਤੇ ਜਾ ਰਿਹਾ ਤਾਂ ਹਾਲੀ ਦੇ ਵਿੱਚ ਸਾਰਾ ਗੁਰਪਾਲ ਨੇ ਇੱਕ ਤਸਵੀਰਾਂ ਜੋ ਸੀਗੀਆਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀਆਂ ਸੀ ਜਿਸ ਦੇ ਵਿੱਚ ਉਹ ਕਈ ਸਾਰੀਆਂ ਰਿਵੀਲਿੰਗ ਡ्रेसेस ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਗਾਇਕਾ ਨੂੰ ਰੱਜ ਕੇ ਟਰੋਲ ਕੀਤਾ ਗਿਆ ਫੈਨਸ ਨੂੰ ਅਦਾਕਾਰਾਂ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ ਅਤੇ ਕਮੈਂਟ ਕਰਕੇ ਉਹਨਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਇੱਕ ਯੂਜ਼ਰ ਨੇ ਲਿਖਿਆ ਐਕਟਿੰਗ ਨਹੀਂ ਆਉਂਦੀ ਸ਼ਰਮ ਤਾਂ ਆਉਂਦੀ ਹੋਵੇਗੀ ਦੂਜੇ ਯੂਜ਼ਰ ਨੇ ਲਿਖਿਆ ਪੰਜਾਬ ਦੀ ਉਰਫੀ ਜਾਵედ ਬਣਦੀ ਜਾ ਰਹੀ ਹੈ ਇੱਕ ਹੋਰ ਨੇ ਲਿਖਿਆ ਔਰਤ ਦਾ ਜਸਮ ਹੁਸਨ ਕਿੰਨਾ ਸਸਤਾ ਵਿਕ ਰਿਹਾ ਸਾਰਾ ਗੁਰਪਾਲ ਨੇ ਪੰਜਾਬ ਦੀ ਜੋ ਆ ਬਹੁਤ ਸਰੀਆ ਗਾਣਿਆਂ ਦੇ ਵਿੱਚ ਫਿਲਮਾਂ 'ਚ ਕੰਮ ਕੀਤਾ ਹੈ ਪੰਜਾਬ ਦੀ ਮਸ਼ਹੂਰ ਮਾਡਲ ਵੀ ਹੈ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਉਹਨਾਂ ਨੇ ਬਤੌਰ ਮਾਡਲ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਸੀਗਾ ਤੇ ਇਸ ਦੇ ਨਾਲ ਹੀ ਜੋ ਸਾਰਾ ਗੁਰਪਾਲਾ ਬਿਗਬੋਸ 14 ਦੇ ਵਿੱਚ ਨਜ਼ਰ ਵੀ ਆਏ ਸੀ ਕਿ ਜਿਸ ਦੇ ਵਿੱਚ ਉਹਨਾਂ ਨੇ ਇਹਨਾਂ ਕੁਝ ਖਾਸ ਕਮਾਲ ਨਹੀਂ ਦਿਖਾਇਆ ਤੇ ਉਹਨਾਂ ਨੂੰ ਵੋਟਾ ਕੱਟ ਮਿਲਿਆ ਸੀ ਗਿਆ ਤਾਂ ਉਹਨਾਂ ਨੂੰ ਬਿਗਬੋਸ ਦੇ ਘਰ 'ਚੋਂ ਬਾਹਰ ਹੋਣਾ ਪਿਆ ਸੀਗਾ ਜਿਸ ਤੋਂ ਬਾਅਦ ਹੁਣ ਸਾਰਾ ਗੁਰਪਾਲ ਪੰਜਾਬੀ ਸਟਰੀ ਦੇ ਵਿੱਚ ਫੇਰ ਐਕਟਿਵ ਹੈ ਪਰ ਹੁਣ ਜਿਹੜੇ ਉਹਨਾਂ ਦੇ ਜੋ ਅੰਦਾਜ਼ ਹੈ ਜਾਂ ਫਿਰ ਉਹਨਾਂ ਦੀਆਂ ਡ्रेसेस ਆ ਲੋਕਾਂ ਨੂੰ ਕੁਝ ਖਾਸ ਪਸੰਦ ਨਹੀਂ ਆ ਰਹੀਆ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਗਾਇਕਾ ਨੂੰ ਟਰੋਲ ਕੀਤਾ ਜਾ ਰਿਹਾ ਤੇ ਤੁਸੀਂ ਅਗਰ ਇਹਨਾਂ ਤਸਵੀਰਾਂ ਨੂੰ ਦੇਖਿਆ ਤੇ ਤੁਹਾਨੂੰ ਇਹ ਤਸਵੀਰਾਂ ਕਿ ਜਿਹੀਆਂ ਲੱਗਦੀਆਂ ਨੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ